मीटिंग खत्म हो चुकी है। सुखजिंदर सिंह रंधावा साहब साडे नाल मौजूद ने। रंधावा साहब, अज दी बैठक दा मुख मुद्दा की सीगा? देखो जिहड़े वख वख डिपार्टमेंट्स दे जिहड़ी हैगीआं ने अप्रूवल्स लैणी हुंदी उह दे दित्तीआं सारीआं। जो जो अज इक काफ़ी जिहड़ा कि चर्चा दा विशा सीगा गुरप्रीत कांगड़ दे जवाई नूं नौकरी देण दा, की उह अज दे कैबिनेट दे विच पास हो गया? ਉਹ ਬਿਲਕੁਲ ਪਾਸ ਹੋ ਗਿਆ। ਹਾਂਜੀ, ਕਿਹੜੀ ਕਿਹੜੀ ਜੌਬ ਦਿੱਤੀ ਗਈ, ਕਿਹੜੇ ਵਿਭਾਗ 'ਚ ਨੌਕਰੀ ਦਿੱਤੀ ਗਈ? ਐਕਸਾਈਜ਼ ਇੰਸਪੈਕਟਰ ਜਿਹੜੀ ਆ ਉਹ ਐਕਸਾਈਜ਼ ਡਿਪਾਰਟਮੈਂਟ 'ਚੋਂ, ਉਹਦੇ 'ਚੋਂ ਉਹਨੂੰ ਦਿੱਤੀ ਗਈ। ਇਹਦੇ ਉੱਤੇ ਸਰ ਕਿਤੇ ਨਾ ਕਿਤੇ ਨਾ ਜਿਹੜੇ ਵਿਰੋਧੀ ਧਿਰ ਹੈ ਉਹਨਾਂ ਵੱਲੋਂ ਸਵਾਲ ਹੁਣ ਚੱਕਿਆ ਜਾ ਰਿਹਾ, ਕਿਹਾ ਜਾ ਰਿਹਾ ਘਰ ਘਰ ਨੌਕਰੀ ਦਾ ਵਾਅਦਾ ਜਿਹੜਾ ਕਿ ਕੀਤਾ ਗਿਆ ਸੀਗਾ, ਘਰਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਨੌਕਰੀ ਦਿੱਤੀ ਗਈ, ਆਪਣੇ ਖਾਸ ਜਿਹੜੇ ਵਿਧਾਇਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਨੌਕਰੀ ਦਿੱਤੀ ਜਾ ਰਹੀ ਹੈ? ਬਿਲਕੁਲ, ਪਹਿਲਾਂ ਸਾਨੂੰ ਆਪਣੀ ਤੇ ਅਨਇੰਪਲੋਇਮੈਂਟ ਖਤਮ ਕਰ ਦਿਓ, ਬਾਕੀ ਬੱਚਿਆਂ ਦਾ ਵੀ ਕਰਾਂਗੇ। ਨਹੀਂ ਨਹੀਂ, ਲੇਕਿਨ ਫਿਰ ਵੀ ਪੰਜਾਬ ਦੇ ਲੋਕਾਂ ਦੀ ਗੱਲ ਹੈ, ਇਸ ਵਕਤ ਵਿਰੋਧੀ ਧਿਰ ਨੂੰ ਕੀ ਕਹਿ ਜਵਾਬ ਦੇਣਾ ਚਾਹੋਗੇ? ਮੈਂ ਬਿਲਕੁਲ ਗੱਲ ਇਹ ਕਹਿਣੀ ਚਾਹੁੰਦਾ ਕਿ ਜਿਸ ਦਾ ਰਾਈਟ ਬਣਦਾ ਉਹਨੂੰ ਇਹ ਜ਼ਰੂਰ ਮਿਲਣਾ ਚਾਹੀਦਾ, ਪਰ ਕਈ ਚੀਜ਼ਾਂ ਇਹ ਸੋਚਣ ਵਾਲੀਆਂ ਨੇ ਕਿ ਮੰਤਰੀ ਜਾਂ MLAs ਦੇ ਬੱਚਿਆਂ ਨੂੰ ਦੇਣ ਦੀ ਬਜਾਏ ਪਹਿਲਾਂ ਸਾਨੂੰ ਪਬਲਿਕ ਦਾ ਸੋਚਣਾ ਚਾਹੀਦਾ। ਅਸੀਂ ਲੋਕਾਂ ਦੇ ਨੁਮਾਇੰਦੇ ਹਾਂ, ਸਾਡੀ ਲਾਈਫ ਜਿਹੜੀ ਹੈ ਲੋਕਾਂ ਲਈ ਹੈ, ਸਾਡੀ ਆਪਣੇ ਪਰਿਵਾਰ ਲਈ ਵੀ। ਸਭ ਤੋਂ ਪਹਿਲਾਂ ਅਸੀਂ ਲੋਕਾਂ ਦੇ ਬੱਚਿਆਂ ਦੇ ਸੋਚੀਏ, ਬਾਅਦ 'ਚ ਆਪਣੇ ਪਰਿਵਾਰ ਬਾਰੇ ਸੋਚੀਏ। ਜਿਹੜੀਆਂ ਇਲੈਕਸ਼ਨਸ ਦੇ ਨੇੜੇ ਇਹ ਚੀਜ਼ਾਂ ਆਉਣੀਆਂ, ਇਹਦੇ ਲਈ ਵਾਕਈ ਪਾਰਟੀ ਲਈ ਅਤੇ ਗਵਰਨਮੈਂਟ ਲਈ ਵੀ ਇੱਕ ਕੁਐਸਚਨ ਮਾਰਕ ਵਾਲੀ ਪੋਜੀਸ਼ਨ ਬਣ ਜਾਂਦੀ ਹੈ। ਸਾਨੂੰ ਹੁਣ ਇਹ ਕੰਮ ਕਰਨੇ ਚਾਹੀਦੇ ਆ ਜਿਹਦੇ 'ਤੇ ਸਾਡੇ 'ਤੇ ਕੋਈ ਕਿੰਤੂ ਪਰੰਤੂ ਨਾ ਹੋਵੇ। ਠੀਕ ਹੈ, ਉਹਦੇ ਫਾਦਰ ਦੀ ਡੈਥ ਹੋਈ ਸੀ ਔਰ ਉਹਦਾ ਰਾਈਟ ਵੀ ਬਣਦਾ, ਇਹ ਸਾਨੂੰ ਪਹਿਲੇ ਦਿਨ ਇਹ ਰਾਈਟ ਦੇਣਾ ਚਾਹੀਦਾ ਸੀ। ਇਕਨੋਮਿਕ ਸਟੇਟਸ ਦੇ ਅਕੋਰਡਿੰਗਲੀ ਨਹੀਂ ਦੇਣਾ ਚਾਹੀਦਾ, ਕਿਉਂਕਿ ਕਰੋੜਪਤੀ ਨੇ, ਉਹਨਾਂ ਦੇ ਕੋਲ ਆਪਣੇ ਵੇਅਰ ਹਾਊਸਿਸ ਨੇ, ਉਹਦੇ ਬਾਵਜੂਦ ਉਹਨਾਂ ਨੂੰ ਨੌਕਰੀ ਦੀ ਕੀ ਲੋੜ ਸੀਗੀ? ਮੈਂ ਇਹੀ ਕਿਹਾ ਕਿ ਲੋੜਵੰਦ ਨੂੰ ਨੌਕਰੀ ਦੇਣੀ ਚਾਹੀਦੀ ਹੈ। ਕੈਮਰਾਮੈਨ ਧਰਮਵੀਰ ਦੇ ਨਾਲ ਅਨਮੋਲ ਗੁਲਾਟੀ, ਜ਼ੀ ਮੀਡੀਆ, ਚੰਡੀਗੜ੍ਹ।